ਅੱਜ ਹੀ ਆਪਣਾ ਸਾਡੇ ਕੋਲ ਸਲਾਤ ਬਣ ਗਏ ਨਾਲਾ ਸੀ ਤਾਂ ਮਤਲਬ ਹੈ ਕਿ ਉੱਪਰੋਂ ਉਹਦੇ ਨਾਲ ਸਾਰੇ ਡਿੱਗੇ ਹੋਏ ਸੀ, ਇਤਨੀ ਪਰੇਸ਼ਾਨੀ ਹੁੰਦੀ ਸੀ ਗੱਡੀ ਟਰੈਕਟਰ ਵਗੈਰਾ ਗੁਜ਼ਾਰਨਾ ਨੇ, ਡੰਕੀ ਗੁਜ਼ਾਰਨਾ ਤਾਂ ਮੈਨੂੰ ਨਾ ਮਤਲਬ ਉਤਰ ਕੇ ਅਸੀਂ ਗੁਜ਼ਾਰਦੇ ਸੀ, ਅਤੇ ਅੱਜ ਬੜਾ ਖੁਸ਼ ਹੋਈ ਹਾਂ ਟਾਈਮ ਮੈਨੂੰ ਵੀ ਨਹੀਂ ਮਿਲਿਆ, ਤਾਂ ਮੈਂ ਕਿਹਾ ਬਈ ਅੱਜ ਮੈਂ ਹੀ ਦੇਖੀ ਇਸ ਮੇਰੇ ਬਣਾਉਂਦੇ ਪਏ ਸੀ, ਉਦੋਂ ਖੜ੍ਹੀ ਹੋਈ ਸੀ 2 ਮਿੰਟ। ਅਤੇ ਜੀ ਪਿਆਰੇ ਭੈਣ ਭਾਈ ਅਸਲਾਮ ਅਲੈਕੁਮ, ਕਿਆ ਹਾਲ ਹੈ ਐਪ ਠੀਕ ਹੈ? ਮੈਂ ਇਹਨਾਂ ਪਾਸ ਖੇਤੀਆਂ ਕਰਨ ਨਾਲ ਬਿਲਕੁਲ ਠੀਕ ਠਾਕ ਹੈ, ਅੱਜ ਮੌਸਮ ਚੰਗਾ ਸੋਹਣਾ ਤੁਹਾਡਾ ਹੋਇਆ ਹੋਇਆ, ਮੈਂ ਚੱਲੀ ਹੁਣ ਖੇਤਾਂ ਨਾਲ ਅਤੇ ਆਪਣਾ ਜਿਹੜਾ ਨਾ ਚਾਰਾ ਉਹ ਕੱਟ ਕੇ ਲੈ ਆਉਣਾ। ਚਲੋ ਬਹੁਤ ਮੈਂ ਵੀ ਕਹਿੰਦੀ ਹਾਂ ਕਿ ਚਾਰਾ ਮੈਂ ਕਰਨਾ ਜਾਣਾ ਸੀਗਾ, ਤਾਂ ਮੈਂ ਇਤਨਾ ਪਿਆਰਾ ਇਤਨਾ ਖੂਬਸੂਰਤ ਹੋਇਆ, ਅਤੇ ਅੱਜ ਮੈਂ ਕਿਹਾ ਜਿਹੜਾ ਆਪਣਾ ਉੱਪਰ ਖੇਤ ਉੱਤੇ ਜਾਵਾਂਗੀ, ਵਿਜ਼ਿਟ ਕਰਕੇ ਆਵਾਂਗੀ, ਅਤੇ ਨਾਲੇ ਆਪਣਾ ਨਾ ਚਾਰਾ ਜਿਹੜਾ ਨਾ ਉਹ ਵੀ ਚੈੱਕ ਕਰਾਂਗੀ, ਅਤੇ ਥੋੜ੍ਹਾ ਜਿਹਾ ਕੱਟ ਕੇ ਲੈ ਆਵਾਂਗੀ, ਅਤੇ ਆਪਣਾ ਘਰ ਦੇ ਕੰਮ ਕਰਮ ਜਿਹੜਾ ਕਰ ਲੈਣ। ਮਾਸ਼ਾਅੱਲਾ ਜਿਹੜਾ ਕਾਫੀ ਦਿਨਾਂ ਬਾਅਦ ਜਿਹੜਾ ਮੌਸਮ ਇਤਨਾ ਪਿਆਰਾ ਅਤੇ ਇਤਨਾ ਖੂਬਸੂਰਤ ਹੈ ਜਿਹੜਾ ਨਾ ਹੋ ਗਿਆ, ਅਤੇ ਇਹ ਦੁਆ ਕਰਾਂਗੀ ਕਿ ਅੱਲਾ ਪਾ ਕੇ ਨਾ ਸਾਡੇ ਪਾਕਿਸਤਾਨ ਵਿੱਚ ਆਪਣਾ ਪੰਜਾਬ ਵਿੱਚ ਆਪਣਾ ਪੂਰੇ ਮੁਲਕ ਵਿੱਚ ਅੱਲਾ ਆਪਣੀ ਬਾਰਿਸ਼ ਦੇਵੇ। ਅਤੇ ਦੇਖੋ ਬਾਰਿਸ਼ ਨਾ ਹੋਣ ਦੀ ਵਜ੍ਹਾ ਤੋਂ ਮਤਲਬ ਹੈ ਕਿ ਦੇਖੋ ਚਾਰੇ ਦਾ ਕੋਈ ਹਾਲ ਨਹੀਂ, ਇਸ ਚਾਰੇ ਨੂੰ ਬੀਜਿਆਂ ਤਕਰੀਬਨ ਨਾ 1 ਮਹੀਨਾ ਹੋ ਗਿਆ, ਇਹ ਬਾਈ ਉਹਨਾਂ ਦਾ ਚਾਰਾ, ਕਿਉਂਕਿ ਸਾਡਾ ਤਾਂ ਚਾਰਾ ਜਿਹੜਾ ਮਤਲਬ ਅਸੀਂ 4th-5th ਦਿਨ ਟਿਊਬਵੈਲ ਚਲਾ ਕੇ ਰੋਜ਼ਾਨਾ ਪਾਣੀ ਲਗਾਉਂਦੇ ਹਾਂ, ਲੇਕਿਨ ਉਹ ਹਫ਼ਤੇ ਬਾਅਦ ਨਾਲੇ ਵਿੱਚ ਆਪਣਾ ਪਾਣੀ ਦੀ ਵਾਰੀ ਹੁੰਦੀ ਤਾਂ ਉਦੋਂ ਹੀ ਲਗਾਉਂਦੇ ਨੇ। ਸਰਕਾਰ ਨੇ ਦਵਾ ਕਿਹਾ ਕਿ ਤੁਸੀਂ ਮਿਹਰਬਾਨੀ ਕਰੋ, ਮਤਲਬ ਇੰਨਾ ਹਫ਼ਤਾ ਦਿੱਤਾ ਤਾਂ ਉਸਨੇ ਮਤਲਬ ਪਾਣੀ ਵਗੈਰਾ ਨਾ 5ਵੇਂ-7ਵੇਂ ਦਿਨ ਲਾਜ਼ਮੀ ਲਗਾਇਆ ਕਰੋ, ਬਾਕੀ ਉਹ ਅੱਗੇ ਚਾਰਾ ਉਹ ਵੀ ਚੈੱਕ ਕਰਾ, ਉਸ ਦਾ ਵੀ ਕੋਈ ਖਾਣ ਨਹੀਂ। ਅਤੇ ਜਿਹੜੇ ਭੈਣ ਭਾਈ ਮਤਲਬ ਇੱਕ ਪਿੱਛੇ ਚਾਰਾ ਪਾਣੀ ਲਗਾਉਂਦੇ ਨੇ, ਅਤੇ ਆਪਣਾ ਟਿਊਬਵੈਲ ਦਾ ਪਾਣੀ ਫਿਰ ਜਿਹੜਾ ਨਾ ਥੋੜ੍ਹਾ ਮਹਿੰਗਾ ਪੈ ਜਾਂਦਾ, ਬੋਰ ਸ਼ੋਰ ਚਲਾ ਕੇ ਆਪਣਾ ਜਿਹੜਾ ਨਾ ਡੀਜ਼ਲ ਵਗੈਰਾ ਲਗਾਉਣਾ ਹੁੰਦਾ, ਅਤੇ ਵਾਰੀ ਦਾ ਪਾਣੀ ਜਿਹੜਾ ਨਹਿਰ ਚ ਹੁੰਦਾ ਨਾ ਮਤਲਬ 1 ਹਫ਼ਤੇ ਬਾਅਦ ਹੀ ਆਉਂਦਾ, ਫਿਰ ਵਾਰੀ ਵਾਰੀ ਨਾਲ ਲਗਾਉਣਾ ਹੁੰਦਾ। ਬਾਕੀ ਫਿਰ ਅੱਗੇ ਚੱਲਦੇ ਹਾਂ ਤਾਂ ਮਾਸ਼ਾਅੱਲਾ ਜਿਹੜਾ ਨਾ ਵਿਜ਼ਿਟ ਕਰਦੇ ਜਾਂਦੇ ਹਾਂ ਸਾਰੇ ਖੇਤਾਂ ਦਾ, ਆਪਣੇ ਮਹਿਮ ਹੋਈਆਂ ਹੁੰਦੀਆਂ ਕਰਵਾਉਂਦੇ ਜਾਵਾਂਗੇ, ਅਤੇ ਚਾਰਾ ਜਿਹੜਾ ਨਾ ਉਸਦਾ ਲੈਣ ਚੱਲ। ਚਲੋ ਚਲੋ ਚੱਲ ਮੇਰੇ ਨਾਲ।
ਪਹੁੰਚ ਚੁੱਕੇ ਹਾਂ। ਬਹੁਤ ਸਾਰੇ ਭੈਣ ਭਾਈ ਕਮੈਂਟਸ ਕਰਦੇ ਕਿ ਆਹ ਸਿਸਟਰ ਆਪਣਾ ਨਾ ਤੁਹਾਨੂੰ ਮਾਈਕ ਦਾ ਮਸਲਾ, ਆਪਣਾ ਮੋਬਾਈਲ ਵੀ ਮੇਰੇ ਕੋਲ ਮਾੜਤਾ, ਜਿਸ ਦਿਨ ਮੈਂ ਵੀਡੀਓ ਬਣਾਉਂਦੀ ਹਾਂ ਮੀਆਂ ਸਾਹਿਬ ਨਾਲ, ਕਦੀ ਮੇਰੇ ਮਿਲ ਜਾਂਦਾ, ਕਦੀ ਫਿਰ ਉਹ ਲੈ ਕੇ ਕੰਮ 'ਤੇ ਚਲੇ ਜਾਂਦੇ, ਅਤੇ ਮਤਲਬ ਕਿ ਮੇਰੀ ਵੀਡੀਓ ਸਾਰੀ ਵਾਚ ਕੀਤਾ ਕਰੋ ਕਿ ਮੈਂ ਨਾ ਮੋਬਾਈਲ ਵੀ ਇੱਕ ਅੱਛਾ ਜਿਹਾ ਲੈ ਸਕਾਂ, ਮਾਈਕ ਵਗੈਰਾ ਜਿਹੜਾ ਨਾ ਉਹ ਵੀ ਲੈ ਸਕਾਂ। ਅਤੇ ਤੁਹਾਡਾ ਮਤਲਬ ਜੇ ਭੈਣ ਭਾਈ ਮੇਰਾ ਚੈਨਲ ਦੇਖਦੇ ਉਹਨਾਂ ਦਾ ਮੈਂ ਬੇਹੱਦ ਸ਼ੁਕਰੀਆ ਅਦਾ ਕਰਦੀ ਹਾਂ। ਅਤੇ ਚਾਰਾ ਜਿਹੜਾ ਉਹਨਾਂ ਦਾ ਜ਼ਰੂਰ ਤੁਹਾਨੂੰ ਵਿਜ਼ਿਟ ਕਰਾਵਾਂਗੀ, ਅਤੇ ਮਤਲਬ ਹੈ ਕਿ ਅੱਗੇ ਆ ਜਾਓ। ਅਸੀਂ ਮਕਈ ਦਾ ਅਤੇ ਆਪਣਾ ਜਿਹੜਾ ਨਾ ਜਵਾਰ ਦਾ ਚਾਰਾ ਜਿਹੜਾ ਨਾ ਬੀਜਿਆ ਹੋਇਆ, ਅਤੇ ਇਹਦੇ 'ਚ ਨਾ ਹੁਣ ਐਚੀ ਬਣਾਉਂਦੀ ਹਾਂ ਇੱਕ ਵੱਲੀ, ਉਹ ਜ਼ਿਆਦਾ ਸਾਰੀਆਂ ਹੋ ਗਈਆਂ, ਇੱਕ ਇਹ ਜਿਹਨਾਂ ਨੂੰ ਮਤਲਬ ਕਹਿੰਦੀ ਕਿ ਬੂਟੀ ਉਹ ਜ਼ਿਆਦਾ ਸਾਰੀ ਹੋ ਗਈ, ਜਿਹੜੇ ਉਹਨਾਂ ਜਾਨਵਰ ਨਹੀਂ ਖਾਂਦੇ, ਅਤੇ ਆਪਣਾ ਫਿਰ ਜਦੋਂ ਕੱਢਿਆ ਉਦੋਂ ਵਿੱਚੋਂ ਕੱਢ ਦੇਵਾਂਗੇ। ਅਤੇ ਬਾਕੀ ਮਾਸ਼ਾਅੱਲਾ ਦੇਖੋ ਇਹ ਚਾਰਾ ਮਾਸ਼ਾਅੱਲਾ ਜਿਹੜਾ ਨਾ ਕਾਫੀ ਸਾਡਾ ਜਿਹੜਾ ਨਾ ਵੱਡਾ ਵੱਡਾ ਹੋ ਗਿਆ, ਅਤੇ ਜਿਹੜਾ ਆਪਣਾ ਉੱਥੇ ਘਰ ਦੇ ਕੋਲ ਚਾਰਾ ਨਾ ਮਤਲਬ 4-5 ਦਿਨ ਸਾਡੇ ਉੱਥੋਂ ਨਿਕਲ ਜਾਣਾ, ਫਿਰ ਉਸ ਤੋਂ ਬਾਅਦ ਮਾਸ਼ਾਅੱਲਾ ਇਸ ਚਾਰੇ ਨੂੰ ਕਟਾਈ ਕਰਕੇ ਲੈ ਜਾਵਾਂਗੇ। ਅੱਜ ਕੁਝ ਤਾਂ ਮਤਲਬ ਆਈ ਹਾਂ, ਕੁਝ ਕੱਟ ਕੇ ਆਪਣਾ ਲੈ ਕੇ ਜਾਵਾਂਗੇ। ਬਾਕੀ ਵਾਲਾ ਖੇਤ ਜਿਹੜਾ ਨਾ ਇਹਦੇ 'ਚ ਹਲ ਚਲਾ ਦਿੱਤੇ ਸੀ ਅਸੀਂ, ਅਤੇ ਇਹ ਸਾਡਾ ਖੇਤ ਜਿਹੜਾ ਨਾ ਇਹ ਖਾਲੀ ਆ, ਅਤੇ ਇਸ ਵਿੱਚ ਨਾ ਮਤਲਬ ਹੈ ਕਿ ਇਹ ਫੈਸਲਾ ਕੀਤਾ ਹੈ ਕਿ ਆਪਣਾ ਆਲੀ ਵਗੈਰਾ ਪਾ ਕੇ ਨਾ, ਅਤੇ ਇੱਕ ਦਫਾ ਹੀ ਜਦੋਂ ਦੀ ਗੰਦਨ ਦੀ ਕਟਾਈ ਕੀਤੀ ਸੀ ਨਾ, ਇੱਕ ਦਫਾ ਹੀ ਇਹਦੇ 'ਚ ਹਲ ਚਲਾਏ, ਅਤੇ ਹੁਣ ਆਪਣਾ ਇਹਦੇ 'ਚ ਆਲੀ ਪਾਵਾਂਗੇ। ਆਲੀ ਪਾ ਕੇ ਫਿਰ ਦੁਬਾਰਾ ਇਹਦੀ ਮਤਲਬ ਹੈ ਕਿ ਅਸੀਂ ਇਹਨਾਂ 'ਚ ਹਲ ਛਲ ਚਲਾ ਕੇ ਨਾ, ਅਤੇ ਜਿਹੜੀ ਮਕਈ ਦੀ ਫਸਲ ਹੈ ਨਾ ਮੱਕੀ ਦੀ ਉਹ ਇਹਦੇ ਮਤਲਬ ਬਿਜਾਈ ਜਿਹੜੀ ਨਾ ਕਰਾਂਗੇ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਆਪਣਾ ਗੰਦਮ ਉਹ ਬੀਜਾਂਗੇ, ਅਤੇ ਵਲੋਗ ਲਾਉਣ ਇੱਥੇ ਹੀ ਕਰਦੇ ਹਾਂ ਐਂਡ, ਕਿਉਂਕਿ ਮੈਂ ਕੱਟਣਾ ਚਾਰਾ ਕੱਟ ਕੇ ਫਿਰ ਜਿਹੜਾ ਡੰਕੀ 'ਤੇ ਲੋਡ ਕਰਾਂਗੇ। ਅੱਲਾ ਤੁਸੀਂ ਸਾਰਿਆਂ ਦੀ ਹਿਫਾਜ਼ਤ ਫਰਮਾਏ। ਅੱਲਾ ਹਾਫਿਜ਼।